ਅਸੀਂ ਕਿਸੇ ਦੇ ਵੀ ਮਾਈਂਡ ਨੂੰ ਅਲਫਾ ਸਟੇਜ ਦੇ ਵਿੱਚ ਲੈ ਕੇ ਜਾਂਦੇ ਹਾਂ। ਬਿਲਕੁਲ, ਨਸਾਂ ਜਿਹੜੀਆਂ ਹੈਗੀਆਂ ਇਹਦੀਆਂ ਸ਼ਾਂਤ ਹੈ, ਇਹ ਉਹ ਸਟੇਜ ਹੁੰਦੀ ਹੈ ਜਿੱਥੇ ਸਾਡੀਆਂ ਥੋਟਸ ਬੰਦ ਹੋ ਜਾਂਦੀਆਂ। ਇੱਕ ਵੀਰ ਸਾਡਾ ਆਇਆ ਹੋਇਆ ਹੈ ਜਿਨ੍ਹਾਂ ਨੇ ਸ਼ਰਾਬ ਛੁਡਵਾਉਣੀ ਹੈ, ਆਪਾਂ ਉਹਨਾਂ ਦੀ ਸ਼ਰਾਬ ਵੀ ਛੁਡਵਾਵਾਂਗੇ ਇੱਕੋ ਦਿਨ ਦੇ ਵਿੱਚ। ਵਾਹਿਗੁਰੂ ਦੀ ਕਿਰਪਾ ਨਾਲ ਇਹ ਪੋਸੀਬਲ ਹੈਗਾ ਹੈ। ਨੀਂਦ ਆਉਣੀ ਬੰਦ ਹੋ ਜਾਂਦੀ ਹੈ, ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ, ਉੱਥੋਂ ਨਸ਼ੇ ਦੀਆਂ ਗੋਲੀਆਂ ਸਾਨੂੰ ਮਿਲਦੀਆਂ ਹੈ ਸੌਣ ਵਾਸਤੇ। ਇੱਕ ਟੈਂਪਰੇਰੀ ਸਲਿਊਸ਼ਨ ਹੁੰਦਾ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਸਾਨੂੰ ਜਿਹੜੀ 80% ਪ੍ਰੋਬਲਮ ਹੁੰਦੀਆਂ ਹੈ ਉਹ ਸਾਈਕੋਸੋਮੈਟਿਕ ਹੁੰਦੀਆਂ। ਲਓ ਜੀ, ਇਹ ਬਿਲਕੁਲ ਇੱਕ ਰੋਡ ਬਣ ਚੁੱਕੇ ਹੈ। ਮੈਂ ਤੁਹਾਡੇ ਮਾਈਂਡ ਨੂੰ ਕਮਾਂਡ ਦੇ ਰਿਹਾ ਹੈ, ਜਿੰਨੇ ਵੀ ਤੁਸੀਂ ਥੱਲੇ ਪਏ ਹੋ ਤੁਹਾਡੇ ਸਾਰਿਆਂ ਦੇ ਮਾਈਂਡ ਨੂੰ ਕਮਾਂਡ ਦੇ ਰਿਹਾ ਹੈ। ਜਿਹੜਾ ਸਾਡਾ ਸਬਕੌਂਸ਼ੀਅਸ ਮਾਈਂਡ ਹੈ ਉਹ ਉਸ ਤਰ੍ਹਾਂ ਦੇ ਸਾਧਨ ਪੈਦਾ ਕਰਨ ਲੱਗ ਜਾਂਦਾ ਹੈ ਜਿਸ ਤਰ੍ਹਾਂ ਦੀ ਅਸੀਂ ਸੋਚ ਰੱਖਦੇ ਹਾਂ। ਇੱਕ ਅਸੀਂ ਬੈਨਰ ਲਗਾਇਆ ਹੈ ਮਾਈਂਡ ਪ੍ਰੋਗਰਾਮਿੰਗ, ਸਾਡੇ ਮਾਈਂਡ ਦੀਆਂ ਚਮਤਕਾਰੀ ਸ਼ਕਤੀਆਂ ਪਰਮਾਤਮਾ ਨੇ ਬਖਸ਼ੀਆਂ ਹੋਈਆਂ ਸਾਨੂੰ, ਅਤੇ ਜਿਨ੍ਹਾਂ ਦੇ ਬਾਰੇ ਅਸੀਂ ਗੱਲ ਕਰਾਂਗੇ, ਦੱਸਾਂਗੇ ਅਤੇ ਇੱਥੇ ਪ੍ਰੈਕਟੀਕਲ ਕਰਕੇ ਵੀ ਦਿਖਾਵਾਂਗੇ। ਕਿਉਂਕਿ ਕਈ ਗੱਲਾਂ ਨੂੰ ਅਸੀਂ ਬੋਲ ਕੇ ਦੱਸ ਦਿੰਦੇ ਹਾਂ ਪਰ ਉਹਨਾਂ 'ਚ ਕਿੰਨੀ ਕੁ ਸੱਚਾਈ ਹੈ ਜਦੋਂ ਤੱਕ ਅਸੀਂ ਪ੍ਰੈਕਟੀਕਲ ਨਹੀਂ ਕਰਦੇ ਅਤੇ ਉਹਨਾਂ ਨੂੰ ਮੰਨਿਆ ਨਹੀਂ ਜਾ ਸਕਦਾ। ਅਤੇ ਮਾਈਂਡ ਪ੍ਰੋਗਰਾਮਿੰਗ ਦੀ ਗੱਲ ਕਰਨੀ ਆ ਅਸੀਂ, ਅਤੇ ਸਭ ਤੋਂ ਪਹਿਲੇ ਸਾਨੂੰ ਮਾਈਂਡ ਦੇ ਬਾਰੇ ਥੋੜ੍ਹੀ ਜਿਹੀ ਅਸੀਂ ਜਾਣਕਾਰੀ ਲਵਾਂਗੇ ਕਿ ਜਿਹੜਾ ਸਾਡਾ ਮਾਈਂਡ ਹੈ ਉਹ 3 ਤਰ੍ਹਾਂ ਦਾ ਹੁੰਦਾ ਹੈ। ਆਪਾਂ 3 ਹਿੱਸਿਆਂ ਦੇ ਵਿੱਚ ਸਾਇੰਟੀਫਿਕ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਵੰਡ ਦਿੰਦੇ ਹਾਂ। ਇੱਕ ਸਾਡਾ ਹੈਗਾ ਹੈ ਕੌਨਸ਼ੀਅਸ ਮਾਈਂਡ, ਜਿਹਨੂੰ ਅਸੀਂ ਪੰਜਾਬੀ ਜਾਂ ਹਿੰਦੀ ਦੇ ਵਿੱਚ ਚੇਤਨ ਮਨ ਵੀ ਕਹਿੰਦੇ ਹਾਂ, ਅਤੇ ਦੂਸਰਾ ਹੈਗਾ ਹੈ ਸਬਕੌਨਸ਼ੀਅਸ ਮਾਈਂਡ। ਸਬਕੌਨਸ਼ੀਅਸ ਮਾਈਂਡ ਨੂੰ ਅਵਚੇਤਨ ਮਨ ਕਹਿੰਦੇ ਹਾਂ ਹਿੰਦੀ ਔਰ ਪੰਜਾਬੀ ਦੇ ਵਿੱਚ, ਅਚੇਤਨ ਮਨ ਵੀ ਕਹਿ ਦਿੰਦੇ ਹਾਂ। ਅਤੇ ਤੀਸਰਾ ਹੈਗਾ ਹੈ ਅਨਕੌਨਸ਼ੀਅਸ ਮਾਈਂਡ, ਪੂਰਨ ਤੌਰ 'ਤੇ ਅਚੇਤਨਤਾ, ਕਿ ਜਿਵੇਂ ਬੰਦਾ ਸੌਂ ਜਾਂਦਾ ਹੈ ਜਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਅਤੇ ਉਹਨੂੰ ਅਸੀਂ ਅਨਕੌਨਸ਼ੀਅਸ ਕਹਿ ਦਿੰਦੇ ਹਾਂ, ਕਿ ਉਸ ਕੰਡੀਸ਼ਨ ਦੇ ਵਿੱਚ ਅਸੀਂ ਬੰਦੇ ਨੂੰ ਕੁਛ ਵੀ ਕਹੀਏ ਉਹ ਸਾਡੀ ਕਿਸੇ ਗੱਲਬਾਤ ਨੂੰ ਸੁਣ ਨਹੀਂ ਸਕਦਾ, ਵਿਚਾਰ ਨਹੀਂ ਕਰ ਸਕਦਾ। ਲੇਕਿਨ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਮੈਂ ਇੱਥੋਂ ਖੜ੍ਹ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਹੈ, ਤੁਸੀਂ ਮੇਰੀਆਂ ਗੱਲਾਂ ਨੂੰ ਬੜੇ ਧਿਆਨ ਦੇ ਨਾਲ ਸੁਣ ਰਹੇ ਹੋ, ਤਾਂ ਇਹ ਸਾਡੀ ਚੇਤਨਤਾ ਦੀ ਅਵਸਥਾ ਹੈ। ਕੌਨਸ਼ੀਅਸ ਮਾਈਂਡ ਦੇ ਨਾਲ ਅਸੀਂ ਸਾਰਾ ਕੁਛ ਕਰ ਰਹੇ ਹਾਂ। ਅਤੇ ਜਿਹੜਾ ਸਭ ਤੋਂ ਜ਼ਰੂਰੀ ਇੰਪੋਰਟੈਂਟ ਚੀਜ਼ ਹੁੰਦੀ ਹੈ ਮਾਈਂਡ ਦੀ, ਉਹ ਹੁੰਦੀ ਹੈ ਸਬਕੌਨਸ਼ੀਅਸ। ਸਾਡੀ ਲਾਈਫ ਦੀ ਜਿੰਨੀ ਵੀ ਮੈਮਰੀ ਹੈ, ਜਿੰਨਾ ਵੀ ਕੁਛ ਸਾਡੇ ਅੰਦਰ ਭਰਿਆ ਹੋਇਆ ਹੈ, ਉਹ ਸਾਰਾ ਕੁਛ ਸਬਕੌਨਸ਼ੀਅਸ ਦੇ ਅੰਦਰ, ਅਚੇਤਨ ਮਨ ਦੇ ਅੰਦਰ ਭਰਿਆ ਹੁੰਦਾ ਹੈ। ਅਸੀਂ ਕਦੋਂ ਕਿਹੜੀ ਕਲਾਸ 'ਚ ਪੜ੍ਹਦੇ ਸੀ, ਜੰਮਣ ਤੋਂ ਲੈ ਕੇ ਹੁਣ ਤੱਕ ਅਸੀਂ ਜੋ ਵੀ ਕਰਦੇ ਆ ਰਹੇ ਹਾਂ, ਸਾਰਾ ਕੁਛ ਸਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਫੀਡ ਹੁੰਦਾ ਹੈ। ਇੱਕ ਮੈਮਰੀ ਕਾਰਡ ਦੀ ਤਰ੍ਹਾਂ ਕੰਮ ਕਰਦਾ, ਜਿਵੇਂ ਅਸੀਂ ਮੋਬਾਈਲ ਦੇ ਵਿੱਚ ਜਾਂ ਕੰਪਿਊਟਰ ਦੇ ਵਿੱਚ ਕੋਈ ਮੈਮਰੀ ਕਾਰਡ ਪਾਇਆ ਹੁੰਦਾ ਹੈ ਅਤੇ ਸਾਰਾ ਕੁਛ ਉੱਥੇ ਫੀਡ ਹੁੰਦਾ ਹੈ। ਅਸੀਂ ਕਦੇ ਵੀ ਕਿ ਅਸੀਂ 10ਵੀਂ ਕਲਾਸ ਦੇ ਵਿੱਚ ਕਦੋਂ ਸੀ ਉਸ ਚੀਜ਼ ਨੂੰ ਗੱਲ ਕਰਾਂਗੇ, ਸਾਨੂੰ ਯਾਦ ਆ ਜਾਂਦਾ ਹੈ, ਆਪਣੇ ਮਿੱਤਰ ਫਰੈਂਡ ਸਾਰੇ ਯਾਦ ਆ ਜਾਂਦੇ ਆ ਕਿ ਕਿਹਨਾਂ ਦੇ ਨਾਲ ਅਸੀਂ ਕੀ ਐਕਟੀਵਿਟੀ ਕਰਦੇ ਰਹੇ ਹਾਂ। ਸੋ ਸਬਕੌਨਸ਼ੀਅਸ ਮਾਈਂਡ ਦਾ ਸਾਡੀ ਲਾਈਫ ਦੇ ਵਿੱਚ ਬਹੁਤ ਵੱਡਾ ਰੋਲ ਹੈ। ਜਿੰਨੇ ਵੀ ਸਾਡੇ ਅਹਿਸਾਸ ਹੁੰਦੇ ਆ, ਉਹ ਪੋਜ਼ਿਟਿਵ ਅਹਿਸਾਸ ਜਾਂ ਨੈਗੇਟਿਵ ਅਹਿਸਾਸ, ਸਾਰੇ ਹੀ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਹੁੰਦੇ ਆ। ਜਿਹੜਾ ਸਾਡਾ ਕੌਨਸ਼ੀਅਸ ਮਾਈਂਡ ਹੈ, ਚੇਤਨ ਮਾਈਂਡ ਹੈ, ਉਸਦਾ ਕੰਮ ਹੁੰਦਾ ਹੈ ਤਰਕ ਵਿਚਾਰ ਕਰਨਾ।
ਸੋਚਣਾ, ਮੈਸੇਜ ਦੇਣਾ ਸਬਕੌਨਸ਼ੀਅਸ ਨੂੰ ਕੀ ਕਰਨਾ ਹੈ। ਸਬਕੌਨਸ਼ੀਅਸ ਮਾਈਂਡ ਆ ਜਿਹੜਾ ਸਾਡਾ, ਉਸਨੇ ਕੋਈ ਵੀ ਕੰਮ ਆਪਣੇ ਆਪ ਤੋਂ ਨਹੀਂ ਕਰਨਾ। ਸਾਡਾ ਕੌਨਸ਼ੀਅਸ ਮਾਈਂਡ ਜੋ ਵੀ ਮੈਸੇਜ ਉੱਥੇ ਦੇ ਦਿੰਦਾ ਹੈ ਜਾਂ ਜੋ ਮੈਮਰੀ ਅਸੀਂ ਇੱਕ ਵਾਰੀ ਉੱਥੇ ਫੀਡ ਕਰ ਦਿੱਤੀ, ਉਹਨੇ ਉਹਦੇ ਅਕੋਰਡਿੰਗ ਹੀ ਕੰਮ ਕਰਨਾ ਹੈ। ਸੋ ਬਹੁਤ ਹੀ ਜ਼ਿਆਦਾ ਪਾਵਰਫੁੱਲ ਹੁੰਦਾ ਹੈ ਸਬਕੌਨਸ਼ੀਅਸ ਮਾਈਂਡ, ਔਰ ਇੰਨਾ ਜ਼ਿਆਦਾ ਪਾਵਰਫੁੱਲ ਹੁੰਦਾ ਹੈ ਕਿ ਅਸੀਂ ਉਸਦੇ ਨਾਲ ਆਪਣੇ ਆਪ ਨੂੰ, ਆਪਣੇ ਲੈਵਲ ਨੂੰ ਜਿੰਨਾ ਮਰਜ਼ੀ ਉੱਪਰ ਚੱਕ ਸਕਦੇ ਹਾਂ ਅਤੇ ਜਿੰਨਾ ਮਰਜ਼ੀ ਥੱਲੇ ਲੈ ਕੇ ਜਾ ਸਕਦੇ ਹਾਂ, ਕਿਉਂਕਿ ਸਾਨੂੰ ਗੁਰੂ ਮਹਾਰਾਜ ਨੇ, ਵਾਹਿਗੁਰੂ ਨੇ ਜੋ ਸਾਡੀ ਮੈਮਰੀ ਫੀਡ ਕੀਤੀ ਹੈ ਉਹ ਪੋਜ਼ਿਟਿਵਿਟੀ ਵਾਲੀ ਕੀਤੀ ਹੈ, ਹੈਪੀਨੈਸ ਵਾਲੀ ਕੀਤੀ ਹੈ। ਉਸ ਤੋਂ ਬਿਨਾਂ ਜਿੰਨੀ ਨੈਗਟਿਵ ਐਨਰਜੀ ਜਾਂ ਨੈਗਟਿਵ ਥਿੰਕਿੰਗ ਅਸੀਂ ਲੈ ਕੇ ਆਉਂਦੇ ਹਾਂ, ਜਿਵੇਂ ਅਸੀਂ ਮੋਬਾਈਲ ਦੇ ਵਿੱਚ ਆਟੋਮੈਟਿਕ ਕੁਛ ਐਪਸ ਸਾਡੀਆਂ ਡਾਊਨਲੋਡ ਹੋ ਕੇ ਆਉਂਦੀਆਂ ਜਿਨ੍ਹਾਂ ਦੀ ਰਿਕੁਆਇਰਮੈਂਟ ਹੁੰਦੀ ਹੈ, ਪਰ ਕੁਛ ਐਪਸ ਅਸੀਂ ਆਪਣੇ ਆਪ ਡਾਊਨਲੋਡ ਕਰਦੇ ਹਾਂ ਜਿਨ੍ਹਾਂ ਦਾ ਸਾਨੂੰ ਲੱਗਦਾ ਹੈ ਕਿ ਅਸੀਂ ਇਹਨਾਂ ਨੂੰ ਯੂਜ਼ ਕਰਨਾ ਹੈ। ਹੁਣ ਉਹ ਸਾਨੂੰ ਕੀ ਦੇ ਕੇ ਜਾਂਦੀਆਂ ਹੈ, ਕੀ ਨਹੀਂ ਦੇ ਕੇ ਜਾਂਦੀਆਂ, ਉਹ ਨੈਗਟਿਵ ਹੈ ਪੋਜ਼ਿਟਿਵ ਹੈ, ਅਸੀਂ ਡਿਸਾਈਡ ਕਰਨਾ ਹੁੰਦਾ ਹੈ। ਔਰ ਇਹ ਜੋ ਮੈਂ ਤੁਹਾਨੂੰ ਇੱਥੇ ਬੋਲ ਕੇ ਦੱਸ ਰਿਹਾ ਹੈ, ਅਸੀਂ ਸਟੇਜ ਦੇ ਉੱਪਰ ਪ੍ਰੈਕਟੀਕਲ ਵੀ ਕਰਕੇ ਦਿਖਾਵਾਂਗੇ ਕਿ ਸਾਡਾ ਜਿਹੜਾ ਸਬਕੌਨਸ਼ੀਅਸ ਮਾਈਂਡ ਹੈ ਕਿੰਨਾ ਪਾਵਰਫੁੱਲ ਹੈ। ਔਰ ਅਸੀਂ ਇੱਥੇ ਇਹ ਗੱਲ ਇਸ ਕਰਕੇ ਦੱਸ ਰਹੇ ਹਾਂ, ਨਹੀਂ ਤਾਂ ਤਕਰੀਬਨ ਥੋੜ੍ਹਾ ਬਹੁਤਾ ਹਰ ਇੱਕ ਬੰਦਾ ਇਹਦੇ ਬਾਰੇ ਜਾਣਦਾ ਹੈ ਕਿ ਸਬਕੌਨਸ਼ੀਅਸ ਮਾਈਂਡ ਦੀ ਪਾਵਰ ਦੇ ਨਾਲ ਅਸੀਂ ਆਪਣੇ ਲਾਈਫ ਦੀਆਂ 80-90% ਪ੍ਰੋਬਲਮਸ ਕਹਿ ਸਕਦੇ ਹਾਂ, ਬਿਮਾਰੀਆਂ ਕਹਿ ਸਕਦੇ ਹਾਂ, ਪਰੇਸ਼ਾਨੀਆਂ ਕਹਿ ਸਕਦੇ ਹਾਂ, ਅਸੀਂ ਬਿਨਾਂ ਕਿਸੇ ਦਵਾਈ ਤੋਂ ਆਪਣੀਆਂ ਠੀਕ ਕਰ ਸਕਦੇ ਹਾਂ। ਉਹ ਕਿਵੇਂ ਠੀਕ ਕਰ ਸਕਦੇ ਹਾਂ ਉਹ ਵੀ ਆਪਾਂ ਪ੍ਰੈਕਟੀਕਲ ਕਰਕੇ ਦੱਸਾਂਗੇ, ਪਰ ਜਿਹੜੀ ਸਭ ਤੋਂ ਸਮਝਣ ਵਾਲੀ ਗੱਲ ਹੈ ਉਹ ਇਹ ਹੈ ਕਿ ਸਾਨੂੰ ਹਰ ਇੱਕ ਮਾਮਲੇ ਦੇ ਵਿੱਚ, ਹਰ ਇੱਕ ਜੀਵਨ ਦੇ ਪੱਖ ਦੇ ਬਾਰੇ ਸਕਾਰਾਤਮਕ ਸੋਚਾਂਗੇ, ਹਾਂ ਪੱਖੀ ਸੋਚ ਲੈ ਕੇ ਚੱਲਾਂਗੇ, ਤਾਂ ਜਿਹੜਾ ਸਾਡਾ ਸਬਕੌਨਸ਼ੀਅਸ ਮਾਈਂਡ ਹੈ ਉਹ ਉਸ ਤਰ੍ਹਾਂ ਦੇ ਸਾਧਨ ਪੈਦਾ ਕਰਨ ਲੱਗ ਜਾਂਦਾ ਹੈ ਜਿਸ ਤਰ੍ਹਾਂ ਦੀ ਅਸੀਂ ਸੋਚ ਰੱਖਦੇ ਹਾਂ। ਜੇ ਅਸੀਂ ਪੋਜ਼ਿਟਿਵ ਸੋਚਾਂਗੇ ਤਾਂ ਉਸਨੇ ਸਾਡੀ ਲਾਈਫ ਨੂੰ ਚੰਗੀ ਬਣਾਉਣ ਵਾਸਤੇ, ਉੱਪਰ ਚੱਕਣ ਵਾਸਤੇ ਪੋਜ਼ਿਟਿਵ ਸਾਧਨ ਪੈਦਾ ਕਰ ਦੇਣੇ ਆ, ਉਸ ਤਰ੍ਹਾਂ ਦੇ ਸਰੋਤ ਪੈਦਾ ਕਰ ਦੇਣੇ ਆ। ਕਿਉਂਕਿ ਜਿਹੜਾ ਸਾਡਾ ਮਾਈਂਡ ਹੈ, ਆਪਾਂ ਇੱਥੇ ਇੱਕ ਆ ਪਿਕਚਰ ਬਣਾਈ ਹੋਈ ਹੈ, ਇਹ ਵੈਸੇ ਹਾਰਟ ਦੀ ਸ਼ੇਪ ਦੇ ਵਿੱਚ ਹੈ, ਇਹ ਅਸੀਂ ਵੈਸੇ ਹੀ ਬਣਾਈ ਹੋਈ ਹੈ, ਪਰ ਇਹ ਸਾਡਾ ਮਾਈਂਡ ਹੈ। ਇੱਕ ਪਾਸੇ ਤੋਂ ਰੰਗਦਾਰ ਹੈ ਅਤੇ ਇੱਕ ਪਾਸੇ ਤੋਂ ਬੜਾ ਫਿੱਕਾ ਫਿੱਕਾ ਹੈ। ਜਿਹੜਾ ਸਾਡਾ ਸੱਜਾ ਪਾਸਾ ਹੁੰਦਾ ਹੈ ਉਹਦੇ ਵਿੱਚ ਸਾਡੀ ਪੋਜ਼ਿਟਿਵਿਟੀ ਭਰੀ ਹੁੰਦੀ ਹੈ, ਖੁਸ਼ੀਆਂ ਖੇੜੇ ਭਰੇ ਹੁੰਦੇ ਹੈ, ਜਿਸ ਤਰ੍ਹਾਂ ਕਿ ਅਸੀਂ ਉਹਦੇ 'ਚ ਰੰਗ ਬਿਰੰਗੇ ਦਿਖਾਏ ਹੋਏ ਹੈ। ਅਤੇ ਜਿਹੜੀ ਸਾਡੀ ਲੈਫਟ ਸਾਈਡ ਹੈ ਇੱਥੇ ਸਾਡਾ ਤਰਕ ਵਿਚਾਰ ਭਰਿਆ ਹੁੰਦਾ ਹੈ, ਨੈਗੇਟਿਵਿਟੀ ਭਰੀ ਹੁੰਦੀ ਹੈ। ਸੋ ਜਿਹੜਾ ਅਸੀਂ 90% ਕੰਮ ਲੈਣਾ ਹੁੰਦਾ ਹੈ ਉਹ ਅਸੀਂ ਰਾਈਟ ਸਾਈਡ ਵਾਲੇ ਤੋਂ ਲੈਣਾ ਹੁੰਦਾ ਹੈ, ਪਰ ਅੱਜ ਇਸ ਸੰਸਾਰ ਦੇ ਵਿੱਚ ਫਸਦੇ ਹੋਏ, ਮਟੀਰੀਅਲ ਸਿਸਟਮ ਦੇ ਵਿੱਚ ਫਸਦੇ ਹੋਏ, ਅਸੀਂ 90% ਕੰਮ ਆਪਣੇ ਲੈਫਟ ਵਾਲੀ ਸਾਈਡ ਤੋਂ ਲੈਂਦੇ ਹਾਂ ਅਤੇ 10% ਕੰਮ ਅਸੀਂ ਰਾਈਟ ਸਾਈਡ ਤੋਂ ਲੈ ਰਹੇ ਹਾਂ, ਜਿਸ ਕਰਕੇ ਸਾਨੂੰ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਮਾਈਂਡ ਜਿਹੜਾ ਸਾਡਾ ਹੈਗਾ ਹੈ, ਉਹ ਡਾਕਟਰ ਸਾਹਿਬਾਨ ਵੀ ਇੱਥੇ ਬੈਠੇ ਹੈ ਕਿ 250 ਗ੍ਰਾਮ ਦੀ ਇੱਕ ਜੈਲੀ ਜੀ ਹੁੰਦੀ ਹੈ,
ਬੜੀ ਬਰੀਕ ਬਰੀਕ ਜਿਵੇਂ ਨਸਾਂ ਹੁੰਦੀਆਂ ਉਹਦੇ ਅੰਦਰ ਹੁੰਦੀਆਂ ਹੈ, ਅਤੇ ਜਦੋਂ ਅਸੀਂ ਕੋਈ ਵੀ ਗੱਲ ਓਵਰ ਥਿੰਕਿੰਗ ਕਰਦੇ ਹਾਂ ਜਾਂ ਕੋਈ ਨੈਗੇਟਿਵ ਗੱਲ ਅਸੀਂ ਵਾਰ ਵਾਰ ਸੋਚਦੇ ਹਾਂ ਅਤੇ ਉਹ ਸਾਡੇ ਇੱਥੇ ਵਜਨ ਪੈਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਜਿਹੜਾ ਸਾਡਾ ਮਾਇੰਡ ਬਣਿਆ ਹੈ ਪਰਮਾਤਮਾ ਨੇ ਬਣਾਇਆ ਹੈ ਉਹ ਸਿਰਫ ਪੋਜ਼ਿਟਿਵਿਟੀ ਦੇ ਲਈ, ਖੁਸ਼ੀਆਂ ਦੇ ਲਈ, ਚੰਗੇ ਕੰਮਾਂ ਦੇ ਲਈ ਬਣਾਇਆ ਹੈ। ਅਤੇ ਜਦੋਂ ਅਸੀਂ ਕੋਈ ਵੀ ਨੈਗੇਟਿਵ ਗੱਲ ਜਾਂ ਕੋਈ ਐਸੀ ਗੱਲ ਕਿ ਜਿਹਨੂੰ ਅਸੀਂ ਵਾਰ ਵਾਰ ਸੋਚਦੇ ਹਾਂ ਕਿ ਮੇਰੇ ਨਾਲ ਇਹ ਹੋ ਗਿਆ, ਮੇਰੇ ਨਾਲ ਉਹ ਹੋ ਗਿਆ, ਜਾਂ ਕਈ ਵਾਰ ਕਿਸੇ ਦੀ ਲਾਈਫ ਦੇ ਵਿੱਚ ਕੋਈ ਐਸਾ ਇੰਸੀਡੈਂਟ, ਕਿਸੇ ਰਿਸ਼ਤੇਦਾਰ ਦੀ ਘਰ ਵਿੱਚੋਂ ਕਿਸੇ ਮੈਂਬਰ ਦੀ ਡੈਥ ਹੋ ਜਾਣੀ ਜਾਂ ਹੋਰ ਕੋਈ ਐਸਾ ਇੰਸੀਡੈਂਟ ਹੋ ਜਾਂਦਾ ਹੈ ਕਿ ਉਹ ਸਾਡੇ ਅੰਦਰ ਨੂੰ ਝੰਜੋੜ ਦਿੰਦਾ ਹੈ, ਅਤੇ ਅਸੀਂ ਵਾਰ ਵਾਰ ਆਪਣੇ ਮਾਇੰਡ ਦੇ ਉੱਪਰ ਉਸਨੂੰ ਲੈ ਕੇ ਆਉਂਦੇ ਹਾਂ, ਵਜਨ ਨੂੰ ਲੈ ਕੇ ਆਉਂਦੇ ਹਾਂ। ਤੋ ਜਿਹੜਾ ਸਾਡਾ ਇਹ ਮਾਇੰਡ ਹੁੰਦਾ ਹੈ, ਮੈਂ ਦੱਸਿਆ ਕਿ ਬੜਾ ਹਲਕਾ ਹੁੰਦਾ ਹੈ, ਅਤੇ ਜਦੋਂ ਕਿਸੇ ਗੱਲ ਦਾ ਅਸੀਂ ਵਜਨ ਇਹਦੇ ਉੱਪਰ ਪਾ ਦਿੰਦੇ ਹਾਂ ਅਤੇ ਉਹ ਪ੍ਰੈਸ ਹੋਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਨਰਵ ਸਿਸਟਮ ਹੈ ਉਹ ਬਲੌਕ ਹੋਣਾ ਸ਼ੁਰੂ ਹੋ ਜਾਂਦਾ ਹੈ। ਓਵਰ ਥਿੰਕਿੰਗ ਦੇ ਨਾਲ, ਜ਼ਿਆਦਾ ਸੋਚਣ ਦੇ ਨਾਲ, ਨੈਗੇਟਿਵਿਟੀ ਦੇ ਨਾਲ, ਅਤੇ ਉਹਦੇ ਕਰਕੇ ਸਾਨੂੰ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਪ੍ਰੋਬਲਮ ਆਉਂਦੀ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਕਿ 95% ਲੋਕਾਂ ਨੂੰ ਨੀਂਦ ਆਉਣ ਦੀ ਪ੍ਰੋਬਲਮ ਆ ਜਾਂਦੀ ਹੈ, ਨੀਂਦ ਆਉਣੀ ਬੰਦ ਹੋ ਜਾਂਦੀ ਹੈ, ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ, ਉੱਥੋਂ ਨਸ਼ੇ ਦੀਆਂ ਗੋਲੀਆਂ ਸਾਨੂੰ ਮਿਲਦੀਆਂ ਹੈ ਸੌਣ ਵਾਸਤੇ। ਇੱਕ ਟੈਂਪਰੇਰੀ ਸਲਿਊਸ਼ਨ ਹੁੰਦਾ ਹੈ ਜਿਹਦੇ ਨਾਲ ਸਾਨੂੰ ਟੈਂਪਰੇਰੀ ਤੌਰ 'ਤੇ ਨੀਂਦ ਆਉਣੀ ਸਟਾਰਟ ਹੋ ਜਾਂਦੀ ਹੈ, ਪਰ ਡਾਕਟਰ ਸਾਨੂੰ ਦੱਸ ਦਿੰਦੇ ਹਾਂ ਕਿ ਤੁਹਾਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈ, ਤੁਸੀਂ ਸਟ੍ਰੈਸ ਲੈ ਰਹੇ ਹੋ। ਤੋ ਜਦੋਂ ਸਾਡੇ ਸਬਕੌਨਸ਼ੀਅਸ ਮਾਇੰਡ ਨੂੰ ਇੱਕ ਵਾਰੀ ਦੱਸਿਆ ਜਾਂਦਾ ਹੈ ਕਿ ਇਹ ਡਿਪਰੈਸ਼ਨ ਦੀ ਪ੍ਰੋਬਲਮ ਹੈ, ਅਤੇ ਜਿਹੜਾ ਸਾਡਾ ਸਬਕੌਨਸ਼ੀਅਸ ਮਾਇੰਡ ਹੈ ਉਹ ਇੱਕ ਪਿਕਚਰ ਦੇ ਵਿੱਚ ਡੀਲ ਕਰਦਾ ਹੈ, ਤਸਵੀਰਾਂ ਦੇ ਵਿੱਚ ਡੀਲ ਕਰਦਾ ਹੈ, ਅਸੀਂ ਜੋ ਵੀ ਗੱਲਬਾਤ ਕਰਦੇ ਹਾਂ ਸਾਡੇ ਮਾਇੰਡ ਦੇ ਵਿੱਚ ਇੱਕ ਪਿਕਚਰ ਕ੍ਰੀਏਟ ਹੋ ਜਾਂਦੀ ਹੈ, ਅਤੇ ਜੋ ਪਿਕਚਰ ਉੱਥੇ ਕ੍ਰੀਏਟ ਹੋ ਗਈ ਹੈ ਉਹਨੇ ਅਸਲ ਰੂਪ ਦੇਣਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਅਸਲ ਲਾਈਫ ਦੇ ਵਿੱਚ ਜਾਂ ਪਿਕਚਰ ਦੇ ਵਿੱਚ ਸਬਕੌਨਸ਼ੀਅਸ ਨੂੰ ਮੈਂ ਦੱਸਿਆ ਸੀ ਕਿ ਆਪਣਾ ਉਹਦਾ ਕੋਈ ਰੁਤਬਾ ਨਹੀਂ ਹੁੰਦਾ, ਉਹਦੇ ਅੰਦਰ ਜੋ ਮੈਮਰੀ ਫੀਡ ਹੈ ਉਹਨੇ ਉਹੀ ਜੋ ਸਾਨੂੰ ਮੈਸੇਜ ਪਿੱਛੋਂ ਕੌਨਸ਼ੀਅਸ ਮਾਇੰਡ ਨੇ ਦਿੱਤਾ ਹੈ ਉਹਨੇ ਉਹਨੂੰ ਅਸੈਪਟ ਕਰਨਾ ਹੈ, ਉਹਦੇ ਅਕੋਰਡਿੰਗ ਕੰਮ ਕਰਨਾ ਹੈ। ਸੋ ਸਾਨੂੰ ਇਹ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦੀਆਂ, ਪਰ ਇੱਥੇ ਮੈਂ ਦੱਸਾਂਗਾ ਕਿ ਮਾਇੰਡ ਪ੍ਰੋਗਰਾਮਿੰਗ ਦੇ ਸੈਸ਼ਨ ਲੱਗਦੇ ਹੈ, ਇਹਦੇ ਨਾਲ ਅਸੀਂ ਆਪਣੀ ਕਿਸੇ ਵੀ ਪ੍ਰੋਬਲਮ ਨੂੰ ਬੜੀ ਆਸਾਨੀ ਦੇ ਨਾਲ ਰਿਜ਼ੋਲਵ ਕਰ ਸਕਦੇ ਹਾਂ। ਮਾਇੰਡ ਪ੍ਰੋਗਰਾਮਿੰਗ ਦੇ ਵਿੱਚ ਅਸੀਂ ਕਰਦੇ ਕੀ ਹੈ, ਅਸੀਂ ਕਿਸੇ ਦੇ ਵੀ ਮਾਇੰਡ ਨੂੰ ਅਲਫਾ ਸਟੇਜ ਦੇ ਵਿੱਚ ਲੈ ਕੇ ਜਾਂਦੇ ਹਾਂ, ਰਿਲੈਕਸੇਸ਼ਨ ਦੇ ਵਿੱਚ ਲੈ ਕੇ ਜਾਂਦੇ ਹਾਂ। ਇਹ ਉਹ ਸਟੇਜ ਹੁੰਦੀ ਹੈ ਜਿੱਥੇ ਸਾਡੀਆਂ ਥੋਟਸ ਬੰਦ ਹੋ ਜਾਂਦੀਆਂ, ਕਿਉਂਕਿ ਸਾਨੂੰ ਜਿੰਨੀ ਵੀ ਪ੍ਰੋਬਲਮ ਆਉਂਦੀ ਹੈ ਉਹ ਸਾਰੀ ਸਾਡੀ ਥੋਟ ਕਰਕੇ ਆਉਂਦੀ ਹੈ। ਔਰ ਇੱਕ ਦਿਨ ਦੇ ਵਿੱਚ ਅਸੀਂ, ਸਾਇੰਸ ਨੇ ਪ੍ਰੂਵ ਕੀਤਾ ਹੋਇਆ ਹੈ ਕਿ 60,000 ਥੋਟ ਸਾਡੇ ਮਾਇੰਡ ਦੇ ਅੰਦਰ ਟਰੈਵਲ ਕਰਦੀਆਂ, ਔਰ ਇੱਕ ਮਿੰਟ ਦੇ ਵਿੱਚ ਅਸੀਂ ਗੱਲ ਕਰੀਏ ਤਾਂ 25-30 ਥੋਟ ਸਾਡੇ ਮਾਇੰਡ ਦੇ ਅੰਦਰ ਟਰੈਵਲ ਕਰਦੀਆਂ। ਔਰ ਇਹ ਵੀ ਬੜੀ ਜ਼ਰੂਰੀ ਗੱਲ ਹੈ ਸਮਝਣ ਵਾਲੀ ਹੈ ਕਿ ਮੈਕਸੀਮਮ ਥੋਟਸ ਸਾਡੀਆਂ ਨੈਗੇਟਿਵ ਆਉਂਦੀਆਂ ਕਿ ਮੈਨੂੰ ਇਹ ਨਹੀਂ ਮਿਲਣਾ, ਮੇਰੇ ਨੂੰ ਇਹ ਹੋ ਜਾਣਾ ਹੈ। ਆਪਸੀ ਰਿਸ਼ਤਿਆਂ ਨੂੰ ਲੈ ਕੇ ਗੱਲ ਕਰ ਲਈਏ, ਉੱਤੇ ਵੀ ਅੱਜ ਦਾ ਸੰਸਾਰ ਦੇ ਵਿੱਚ ਨੈਗੇਟਿਵਿਟੀ ਭਰੀ ਹੋਈ ਹੈ। ਸੋ ਇਹਨਾਂ ਨੈਗੇਟਿਵਿਟੀ ਵਾਲੀ ਚੀਜ਼ਾਂ ਤੋਂ ਹੀ ਸਾਡੀ ਜਿਹੜੀ ਪ੍ਰੋਬਲਮ ਹੈ, ਡਿਪਰੈਸ਼ਨ ਹੈ, ਸਟ੍ਰੈਸ ਹੈ, ਉਹ ਸ਼ੁਰੂ ਹੁੰਦਾ ਹੈ। ਪਰ ਅਸੀਂ ਆਪਣੇ ਮਾਇੰਡ ਪ੍ਰੋਗਰਾਮਿੰਗ ਦੀ ਥੈਰੇਪੀ ਦੇ ਨਾਲ ਆਪਣੇ ਆਪ ਨੂੰ ਰਿਲੈਕਸ ਕਰ ਸਕਦੇ ਹਾਂ, ਇਹਨਾਂ ਚੀਜ਼ਾਂ ਤੋਂ ਬਾਹਰ ਆ ਸਕਦੇ ਹਾਂ।
ਸੋ ਆਪਾਂ ਇੱਕ ਪ੍ਰੈਕਟੀਕਲ ਇੱਥੇ ਐਕਸਰਸਾਈਜ਼ ਕਰਕੇ ਦਿਖਾਵਾਂਗੇ ਅਤੇ ਅਸੀਂ ਦੱਸਾਂਗੇ ਕਿ ਮਾਇੰਡ ਸਾਡਾ ਕਿੰਨਾ ਸਟਰੋਂਗ ਹੈ ਔਰ ਆਪਾਂ ਕਿਵੇਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ, ਕਿਉਂਕਿ ਬੋਲਣਾ ਇੱਥੇ ਬੜਾ ਸੌਖਾ ਹੈ ਕਿ ਹਾਂ ਕਿ 80% ਲਾਈਫ ਦੀ ਪ੍ਰੋਬਲਮਸ ਰਿਜ਼ੋਲਵ ਹੋ ਜਾਂਦੀਆਂ ਹੈ ਔਰ ਅਸੀਂ ਪ੍ਰੈਕਟੀਕਲ ਕੀਤਾ ਹੋਇਆ ਬੀਪੀ ਸ਼ੂਗਰ ਹਰ ਇੱਕ ਤਰ੍ਹਾਂ ਦੀ ਕੋਈ ਕਿਸੇ ਨੂੰ ਪੁਰਾਣੀ ਦਰਦ ਹੈਗੀ ਹੈ ਸਾਰੀਆਂ ਠੀਕ ਹੋ ਜਾਂਦੀਆਂ ਹੈ ਪਰ ਆਪਾਂ ਮੈਡੀਕਲ ਸਾਇੰਸ ਨੂੰ ਵੀ ਝੁਟਲਾ ਨਹੀਂ ਸਕਦੇ। ਸਮਝਣ ਵਾਲੀ ਗੱਲ ਇਹ ਹੈ ਕਿ ਸਾਨੂੰ ਜਿਹੜੀ 80% ਪ੍ਰੋਬਲਮ ਆਉਂਦੀਆਂ ਹੈ ਉਹ ਸਾਈਕੋਸੋਮੈਟਿਕ ਹੁੰਦੀਆਂ, ਮਤਲਬ ਕਿ ਸਾਡੇ ਮਨ ਤੋਂ ਸ਼ੁਰੂ ਹੁੰਦੀਆਂ ਹੈ। ਆਪਾਂ ਇੱਕ ਥੋਟ ਪੈਦਾ ਕਰਦੇ ਹਾਂ ਆਪਣੇ ਮਨ ਦੇ ਅੰਦਰ ਅਤੇ ਜੋ ਥੋਟ ਆਪਾਂ ਪੈਦਾ ਕਰਦੇ ਹਾਂ ਇੱਕ ਪਿਕਚਰ ਬਣਦੀ ਹੈ ਅਤੇ ਸਬਕੌਨਸ਼ੀਅਸ ਮਾਇੰਡ ਉਹਨੂੰ ਰੀਅਲਟੀ ਦੇ ਵਿੱਚ ਚੇਂਜ ਕਰ ਦਿੰਦਾ ਹੈ ਅਤੇ ਜੋ ਵੀ ਅਸੀਂ ਸੋਚਦੇ ਹਾਂ ਉਹ ਰੀਅਲਟੀ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਅਤੇ ਇਸੇ ਤਰ੍ਹਾਂ ਹੀ ਠੀਕ ਹੋਣ ਦਾ ਵੀ ਇਹੀ ਪ੍ਰੋਸੈਸ ਹੈ ਕਿ ਅਸੀਂ ਸਬਕੌਨਸ਼ੀਅਸ ਮਾਇੰਡ ਦਾ ਐਕਸੈਸ ਲੈਂਦੇ ਹਾਂ ਕਿਸੇ ਦਾ ਵੀ, ਅਸੀਂ ਇੱਕ ਆਪਣੀ ਗੱਲਬਾਤ ਉਹਨਾਂ ਨੂੰ ਦੱਸਦੇ ਹਾਂ, ਇੱਕ ਪਿਕਚਰ ਕ੍ਰੀਏਟ ਕਰਦੇ ਹਾਂ ਉਹਨਾਂ ਦੇ ਮਾਇੰਡ ਦੇ ਵਿੱਚ ਅਤੇ ਪਿਕਚਰ ਕ੍ਰੀਏਟ ਕਰਨ ਤੋਂ ਬਾਅਦ ਜੋ ਵੀ ਅਸੀਂ ਐਫਰਮੇਸ਼ਨ ਸੁਜੈਸ਼ਨ ਸੂਚਨਾਵਾਂ ਉਸ ਪਰਸਨ ਦੇ ਮਾਇੰਡ ਨੂੰ ਦਿੰਦੇ ਹਾਂ ਉਹ ਉਹਨਾਂ ਨੂੰ ਬੜਾ ਪੋਜ਼ਿਟਿਵਲੀ ਅਸੈਪਟ ਕਰ ਲੈਂਦਾ ਹੈ ਜਿਸ ਟਾਈਮ ਉਹ ਅਲਫਾ ਸਟੇਜ ਦੇ ਵਿੱਚ ਹੁੰਦਾ ਹੈ, ਜਿਹਦੇ ਨਾਲ ਉਹਨਾਂ ਦੀਆਂ ਪ੍ਰੋਬਲਮ ਰਿਜ਼ੋਲਵ ਹੋ ਜਾਂਦੀਆਂ ਹੈ। ਜਿਹੜੀ ਪ੍ਰੋਬਲਮ ਸਾਈਕੋਸੋਮੈਟਿਕ ਹੈ, ਜਿਹੜੀ ਸਾਡੇ ਕਿਸੇ ਥੋਟ ਦੀ ਵਜ੍ਹਾ ਨਾਲ ਸਾਨੂੰ ਸ਼ੁਰੂ ਹੋਈ ਹੈ, ਉਸਦਾ 100% ਟ੍ਰੀਟਮੈਂਟ ਇਸ ਥੈਰੇਪੀ ਦੇ ਨਾਲ ਹੈ, ਬਿਨਾਂ ਦਵਾਈ ਤੋਂ ਹੈ। ਜਿਵੇਂ ਕਿ ਡਿਪਰੈਸ਼ਨ ਹੋ ਗਿਆ, ਨੀਂਦ ਨਾ ਆਉਣ ਦੀ ਪ੍ਰੋਬਲਮ ਹੋ ਗਈ ਅਤੇ ਨਸ਼ਿਆਂ ਦੀ ਅੱਜ ਆਪਾਂ ਗੱਲ ਕਰਦੇ ਹਾਂ, ਨਸ਼ੇ ਇੱਕ ਕੋਹੜ ਦੀ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਚਿੰਬੜੇ ਹੋਏ ਹੈ। ਕਿਸੇ ਦਾ ਵੀ ਨਸ਼ਾ ਸਿਰਫ ਇੱਕ ਦਿਨ ਦੇ ਵਿੱਚ ਬਿਨਾਂ ਦਵਾਈ ਤੋਂ ਛੁਡਵਾ ਸਕਦੇ ਹਾਂ ਔਰ ਇੱਥੇ ਸਾਡੇ ਕੋਲ ਇੱਕ ਸੱਜਣ ਪਹੁੰਚੇ ਹੋਏ ਹੈ ਜੋ ਕਿ ਸ਼ਰਾਬ ਦਾ ਸੇਵਨ ਵੀ ਕਰਦੇ ਹੈ ਔਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇੱਥੇ ਪ੍ਰੈਕਟੀਕਲ ਉਹਨਾਂ ਦਾ ਨਸ਼ਾ ਛੁਡਵਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਪਰਮਾਤਮਾ ਦੀ ਰਹਿਮਤ ਹੋਈ ਅਤੇ ਉਹ 100% ਪੋਸੀਬਲ ਹੋਏਗਾ। ਅਤੇ ਅਸੀਂ ਇੱਥੇ ਮੈਂ ਰਿਕੁਐਸਟ ਕਰੂੰਗਾ ਸਾਰਿਆਂ ਨੂੰ ਕਿ ਇਹ ਚੀਜ਼ਾਂ ਦਿਖਾਉਣ ਦਾ ਜਿਹੜਾ ਸਾਰਾ ਪਰਪਸ ਹੈ ਉਹ ਅਸੀਂ ਕਿਸੇ ਨੂੰ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਕਰਨਾ ਕਿ ਆਪਾਂ ਕੁਝ ਸ਼ਕਤੀਆਂ ਇੱਥੇ ਦਿਖਾ ਸਕਦੇ ਹਾਂ, ਕਿਉਂਕਿ ਇਹ ਸਾਰੀਆਂ ਸ਼ਕਤੀਆਂ ਜੋ ਇੱਥੇ ਤੁਸੀਂ ਦੇਖੋਗੇ ਪਰਮਾਤਮਾ ਨੇ ਹਰ ਇੱਕ ਬੰਦੇ ਦੇ ਅੰਦਰ ਆਟੋਮੈਟਿਕ ਭੇਜੀਆਂ ਹੋਈਆਂ, ਅਸੀਂ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਹੈਲਪ ਕਰਦੇ ਹਾਂ ਬੰਦੇ ਦੀ ਕਿ ਕਿਵੇਂ ਅਸੀਂ ਉਹਨਾਂ ਨੂੰ ਬਾਹਰ ਲੈ ਕੇ ਆ ਸਕਦੇ ਹਾਂ ਔਰ ਆਪਣੀ ਜ਼ਿੰਦਗੀ ਨੂੰ ਸੁਚੱਜੇ ਤੌਰ 'ਤੇ ਲੈ ਕੇ ਜਾ ਸਕਦੇ ਹਾਂ, ਪੋਜ਼ਿਟਿਵਿਟੀ ਦੇ ਵਿੱਚ ਲੈ ਕੇ ਜਾ ਸਕਦੇ ਹਾਂ ਔਰ ਮਾਇੰਡ ਪ੍ਰੋਗਰਾਮਿੰਗ ਦੇ ਨਾਲ ਹਰ ਇੱਕ ਏਜ ਦਾ ਬੰਦਾ ਬੈਨੀਫਿਟ ਲੈ ਸਕਦਾ ਹੈ। ਜਿਵੇਂ ਮੈਂ ਦੱਸਿਆ ਹੈ ਕਿ ਕੋਈ ਨਸ਼ਾ ਕਰਦਾ ਹੋਵੇ ਇੱਕ ਦਿਨ ਦੇ ਵਿੱਚ ਜਾਂ 2-3 ਦਿਨ ਦੇ ਵਿੱਚ ਬਿਨਾਂ ਦਵਾਈ ਤੋਂ ਨਸ਼ਾ ਛੱਡਿਆ ਜਾ ਸਕਦਾ ਹੈ। ਕਿਸੇ ਨੂੰ ਨੀਂਦ ਦੀ ਪ੍ਰੋਬਲਮ ਹੈ, ਇੱਕ ਥੈਰੇਪੀ ਲੈਣ ਤੋਂ ਬਾਅਦ 100% ਨੀਂਦ ਆਉਣੀ ਸਟਾਰਟ ਹੋ ਜਾਂਦੀ ਹੈ, ਈਵਨ ਕਿ ਸਰਵਾਈਕਲ ਔਰ ਬੀਪੀ ਸ਼ੂਗਰ ਦੀਆਂ ਪ੍ਰੋਬਲਮਸ ਵੀ ਰਿਜ਼ੋਲਵ ਹੋਈਆਂ ਹੈ, ਪਰ ਕੰਡੀਸ਼ਨ ਉਹੀ ਹੁੰਦੀ ਹੈ ਕਿ ਜਿਹੜੀ ਕਿਸੇ ਇੰਸੀਡੈਂਟ ਤੋਂ ਬਾਅਦ ਸਟਾਰਟ ਹੋਈ ਹੈ, ਕਿਸੇ ਥੋਟ ਤੋਂ ਨਾਲ ਕ੍ਰੀਏਟ ਹੋਈ ਹੈ ਪ੍ਰੋਬਲਮ, ਉਹ 100% ਰਿਜ਼ੋਲਵ ਹੋ ਜਾਂਦੀ ਹੈ। ਔਰ ਹੁਣ ਮੈਂ ਆਪਣੇ ਟੀਮ ਮੈਂਬਰ ਨੂੰ ਰਿਕੁਐਸਟ ਕਰੂੰਗਾ ਕਿ ਉਹ ਸਟੇਜ 'ਤੇ ਆ ਜਾਣ 2-3 ਜਣੇ ਤਾਂ ਕਿ ਆਪਾਂ ਇੱਕ ਪ੍ਰੈਕਟੀਕਲ ਕਰ ਸਕੀਏ ਕਿ ਮਾਇੰਡ ਦੀ ਪਾਵਰ ਦੇ ਨਾਲ ਕਿਵੇਂ ਆਪਾਂ ਕੰਮ ਕਰਦੇ ਹਾਂ ਔਰ ਕਿਵੇਂ ਆਪਾਂ ਲਾਹਾ ਲੈ ਸਕਦੇ ਹਾਂ, ਬੱਚੇ ਇਸ ਤੋਂ ਲਾਹਾ ਲੈ ਸਕਦੇ ਹਾਂ, ਉਹਨਾਂ ਨੂੰ ਪੜ੍ਹਾਈ ਦੇ ਵਿੱਚ ਕਿਵੇਂ ਫੋਕਸ ਕਰਨਾ ਹੈ, ਆਪਣੇ ਮਾਇੰਡ ਨੂੰ ਕਿਵੇਂ ਕੰਸਨਟ੍ਰੇਟ ਕਰਨਾ ਹੈ ਉਹਨੂੰ ਸਿੱਖ ਸਕਦੇ ਹਾਂ। ਮੇਰਾ ਬੇਟਾ ਵੀ ਇੱਥੇ ਬੈਠਾ ਹੈ, 11 ਸਾਲ ਦਾ ਹੈ, ਆਪਾਂ ਉਹਦੇ 'ਤੇ ਵੀ ਕਰਕੇ ਦਿਖਾਵਾਂਗੇ।
ਕਿਉਂਕਿ ਜਿਹੜੀ ਚੀਜ਼ ਸੇਫ ਹੈ ਮੈਂ ਆਪਣੇ ਬੱਚਿਆਂ 'ਤੇ ਕਰ ਸਕਦਾ ਹੈ ਉਹ ਆਪਾਂ ਕਿਸੇ ਦੇ ਬੱਚਿਆਂ 'ਤੇ ਕਰ ਸਕਦੇ ਹਾਂ। ਇੱਥੇ ਆਪਾਂ ਇੱਕ ਐਕਸਰਸਾਈਜ਼ ਕਰਾਂਗੇ ਜਿਹਦੇ 'ਚ ਕਿ ਜਤਿੰਦਰਪਾਲ ਸਿੰਘ ਜੀ ਹੈਗੇ ਆ, ਇਹਨਾਂ ਦੀ ਪੂਰੀ ਬਾਡੀ ਨੂੰ ਆਪਾਂ ਬਿਲਕੁਲ ਜਿਵੇਂ ਸਟੀਲ ਦੀ ਰੋਡ ਹੁੰਦੀ ਹੈ ਬਿਲਕੁਲ ਰੋਡ ਬਣਾਵਾਂਗੇ। ਖੁੱਲੋ ਕਾ ਨਾ ਰਹਿਣ, ਇੱਕ ਲੰਬਾ ਸਾਹ ਲਓ, ਰਿਲੈਕਸ, ਇੱਕ ਹੋਰ ਲੰਬਾ ਸਾਹ ਲਓ, ਰਿਲੈਕਸ, ਇੱਕ ਹੋਰ ਲੰਬਾ ਸਾਹ ਲਓ, ਰਿਲੈਕਸ, ਸਲੀਪ, 10, 9, 8, 7, 6, 5, 4, 3, 2, 1, 0, ਹਾਰਡਰ ਐਂਡ ਹਾਰਡਰ। ਬਿਲਕੁਲ ਜਤਿੰਦਰਪਾਲ ਸਿੰਘ ਜੀ, ਮੈਂ ਤੁਹਾਡੇ ਮਾਇੰਡ ਨੂੰ ਕਮਾਂਡ ਦੇ ਰਿਹਾ ਕਿ ਤੁਸੀਂ ਆਪਣੀ ਬਾਡੀ ਨੂੰ ਬਿਲਕੁਲ ਰੋਡ ਬਣਾ ਦਿਓ। ਆਪਾਂ ਜਿੰਨਾ ਵੀ ਤੁਹਾਡੇ 'ਤੇ ਭਾਰ ਪਾਵਾਂਗੇ ਤੁਸੀਂ ਬਹੁਤ ਜ਼ਿਆਦਾ ਕੰਫਰਟੇਬਲ ਹੁੰਦੇ ਜਾਓਗੇ, ਰਿਲੈਕਸ ਹੁੰਦੇ ਜਾਓਗੇ। ਬਿਲਕੁਲ ਹਾਰਡ, ਲਓ ਜੀ ਇਹ ਬਿਲਕੁਲ ਇੱਕ ਰੋਡ ਬਣ ਚੁੱਕੇ ਆ। ਆਪਾਂ ਜਿਹੜੀ ਆ ਸਪੋਰਟ ਸੀਗੀ ਪਿੱਛੇ ਇਹਨੂੰ ਬਿਲਕੁਲ ਬਾਹਰ ਕੱਢ ਦਿੱਤਾ ਹੈ, ਅਤੇ ਹੁਣ ਕਿਸੇ ਵੀ ਬੰਦੇ ਦੇ ਲਈ ਆਮ ਤੌਰ 'ਤੇ ਇੱਦਾਂ ਪੋਸੀਬਲ ਨਹੀਂ ਹੈਗਾ। ਹਾਂ ਜੇ ਕੋਈ ਕਾਫੀ ਜ਼ਿਆਦਾ ਐਕਸਪੀਰੀਅੰਸ ਕਰਦਾ ਹੋਵੇ ਇਹਨਾਂ ਚੀਜ਼ਾਂ ਨੂੰ, ਜਿੰਮ ਜਾਂਦਾ ਹੋਵੇ, ਪ੍ਰੈਕਟਿਸ ਕੀਤੀ ਹੋਵੇ, ਤਾਂ ਵੀ ਪੋਸੀਬਲ ਹੋ ਸਕਦਾ ਹੈ ਕਿ ਇਸ ਤਰ੍ਹਾਂ ਬੰਦਾ ਪੈ ਸਕਦਾ ਹੈ। ਪਰ ਇਸ ਤੋਂ ਵੀ ਆਪਾਂ ਅੱਗੇ ਜਾਣ ਦੀ ਕੋਸ਼ਿਸ਼ ਕਰਾਂਗੇ। ਅੱਸੀ ਕਿਲੋ ਤਕਰੀਬਨ ਭਾਈ ਸਾਹਿਬ ਦਾ ਵੇਟ ਹੈ ਅਤੇ 75 ਕਿਲੋ ਮੇਰਾ ਵੀ ਹੈ, ਔਰ ਥੱਲੇ ਇਹਨਾਂ ਦੇ ਕੋਈ ਸਪੋਰਟ ਨਹੀਂ ਹੈਗੀ। ਇਹ ਬਿਲਕੁਲ ਇਸ ਟਾਈਮ ਇਹਨਾਂ ਦਾ ਸਰੀਰ ਆ ਜਿਹੜਾ ਲੋਹੇ ਦੀ ਰੋਡ ਬਣ ਚੁੱਕਾ ਹੈ। ਪਰ ਇੱਥੇ ਇਹ ਵੀ ਮੈਂ ਗੱਲ ਦੱਸਣੀ ਚਾਹੂੰਗਾ ਕਿ ਇਹ ਮੇਰੇ ਕੋਲ ਕੋਈ ਕਰਾਮਾਤ ਨਹੀਂ ਹੈਗੀ, ਕੋਈ ਸ਼ਕਤੀਆਂ ਵੀ ਨਹੀਂ ਹੈਗੀ, ਇਹ ਸਬਕੌਂਸ਼ੀਅਸ ਮਾਇੰਡ ਦੀ ਪਾਵਰ ਹੈ। ਸਾਡਾ ਜਿਹੜਾ ਮਾਇੰਡ ਹੈ ਉਹ ਇੰਨਾ ਪਾਵਰਫੁੱਲ ਹੈ, ਸਟਰੋਂਗ ਹੈ ਕਿ ਅਸੀਂ ਉਸਦੇ ਨਾਲ ਕੁਛ ਵੀ ਕਰ ਸਕਦੇ ਹਾਂ। ਆਪਣੇ ਆਪ ਨੂੰ ਭਾਵੇਂ ਉੱਪਰ ਲੈ ਕੇ ਚਲੇ ਜਾਈਏ ਜ਼ਿੰਦਗੀ ਦੇ ਵਿੱਚ, ਭਾਵੇਂ ਉਸਨੂੰ ਕਮਾਂਡ ਦੇ ਕੇ ਥੱਲੇ ਲੈ ਕੇ ਚਲੇ ਜਾਈਏ। ਔਰ ਐਸਾ ਵੀ ਨਹੀਂ ਹੈ ਕਿ ਇਹ ਇਹਨਾਂ ਨੂੰ ਕੋਈ ਡਿਸਕੰਫਰਟ ਫੀਲ ਹੋ ਰਿਹਾ, ਇਹ ਬਹੁਤ ਜ਼ਿਆਦਾ ਕੰਫਰਟੇਬਲ ਹੈ। ਭਾਵੇਂ ਇਸ ਕੰਡੀਸ਼ਨ ਦੇ ਵਿੱਚ ਆਪਾਂ ਇਹਨਾਂ ਨੂੰ 2 ਘੰਟੇ ਪਾ ਕੇ ਰੱਖ ਸਕਦੇ ਹਾਂ, ਇਹਨਾਂ ਨੂੰ ਕੋਈ ਵੀ ਡਿਸਕੰਫਰਟ ਫੀਲ ਨਹੀਂ ਹੋਏਗਾ। ਸੋ ਇਹ ਦਿਖਾਉਣ ਦਾ ਜਿਹੜਾ ਮਕਸਦ ਹੈ, ਜਿਵੇਂ ਮੈਂ ਦੱਸਿਆ ਹੈ ਕਿ ਕੋਈ ਸ਼ਕਤੀਆਂ ਦਿਖਾਉਣ ਵਾਲਾ ਕੰਮ ਨਹੀਂ ਹੈ ਕਿ ਅਸੀਂ ਬਾਬੇ ਹੈ, ਕੋਈ ਸ਼ਕਤੀਆਂ ਸਾਡੇ ਕੋਲ ਹੈਗੀਆਂ ਹੈ। ਸ਼ਕਤੀ ਪਰਮਾਤਮਾ ਨੇ ਹਰ ਇੱਕ ਬੰਦੇ ਦੇ ਅੰਦਰ ਪਾਈ ਹੋਈ ਹੈ, ਅਸੀਂ ਸਿਰਫ ਉਸ ਸ਼ਕਤੀ ਨੂੰ ਜਗਾਉਣ ਦਾ ਕੰਮ ਕਰਦੇ ਹਾਂ, ਬੰਦੇ ਦੇ ਮਾਇੰਡ ਨੂੰ ਇੱਕ ਮੈਸੇਜ ਦਿੰਦੇ ਹਾਂ ਕਿ ਤੂੰ ਇਹ ਚੀਜ਼ ਕਰ ਸਕਦਾ ਹੈ। ਹੁਣ ਆਪਾਂ ਇਹਨਾਂ ਦੇ ਮਾਇੰਡ ਨੂੰ ਇੱਕ ਮੈਸੇਜ ਦਿੱਤਾ ਹੋਇਆ ਕਿ ਤੁਸੀਂ ਬਿਲਕੁਲ ਰੋਡ ਬਣ ਸਕਦੇ ਹੋ ਤੁਹਾਡਾ ਮਾਇੰਡ, ਔਰ ਤੁਸੀਂ ਦੇਖਿਆ ਕਿ 100% ਰੋਡ ਬਣੇ ਹੋਏ ਆ, ਥੱਲੇ ਕੋਈ ਸਪੋਰਟ ਨਹੀਂ ਹੈ, ਔਰ ਆਪਾਂ ਉੱਪਰ ਵਜਨ ਵੀ ਪਾ ਤਿਆ ਇਹਨਾਂ ਦੇ। ਦੂਸਰਾ ਇਹ ਚੀਜ਼ਾਂ ਦਿਖਾਉਣ ਦਾ ਮਕਸਦ ਇਹ ਹੈ ਕਿ ਜੇ ਮੇਰੇ ਬੋਲਣ ਦੇ ਨਾਲ ਇਹਨਾਂ ਦਾ ਮਾਇੰਡ ਰੋਡ ਬਣ ਸਕਦਾ ਹੈ, ਅਤੇ ਜੇ ਆਪਾਂ ਇਹਨਾਂ ਦੇ ਮਾਇੰਡ ਨੂੰ ਸੁਜੈਸ਼ਨ ਦੇਵਾਂਗੇ ਕਿ ਇਹਨਾਂ ਦੇ ਅੰਦਰ ਕੋਈ ਪ੍ਰੋਬਲਮ ਹੈਗੀ ਹੈ ਰਿਜ਼ੋਲਵ ਕਰਨ ਵਾਸਤੇ,
ਤੇ 100% ਇਹਨਾਂ ਦੀ ਪ੍ਰੋਬਲਮ ਜਾਂ ਕਿਸੇ ਵੀ ਬੰਦੇ ਦੀ ਪ੍ਰੋਬਲਮ ਰਿਜ਼ੋਲਵ ਹੋ ਜਾਂਦੀ ਹੈ। ਔਰ ਤੀਸਰਾ ਇੱਕ ਸਾਡਾ ਮਕਸਦ ਹੋਰ ਹੁੰਦਾ ਹੈ ਕਿ ਇੱਕ ਮਿੰਟ ਇਹਨਾਂ ਨੂੰ ਆਪਾਂ ਉਠਾ ਲਈਏ ਫਿਰ ਗੱਲ ਕਰਦੇ ਹਾਂ। 1 2 3 ਗੈਟ ਬੈਕ, ਆਜੋ ਵਾਪਸ। ਭਾਅ ਜੀ ਤੁਹਾਨੂੰ ਕਿੰਨਾ ਕੁ ਵਜ਼ਨ ਫੀਲ ਹੋ ਰਿਹਾ ਸੀਗਾ? ਬਿਲਕੁਲ ਨਹੀਂ, ਬਿਲਕੁਲ ਵਜ਼ਨ ਨਹੀਂ ਫੀਲ ਹੋ ਰਿਹਾ ਸੀਗਾ। ਔਰ ਇਹ ਤਾਂ ਕਾਫੀ ਟਾਈਮ ਤੋਂ ਮੇਰੇ ਨਾਲ ਹੈ, ਆਪਾਂ ਇੱਥੇ ਬੈਠੇ ਹੋਏ ਕਿਸੇ ਵੀ ਬੰਦੇ 'ਤੇ ਕਰ ਸਕਦੇ ਹਾਂ। ਦਿਖਾਉਣਾ ਮਕਸਦ ਇਹ ਹੈ ਕਿ ਸਾਡਾ ਸਬਕੌਂਸ਼ੀਅਸ ਮਾਇੰਡ ਕਿੰਨਾ ਸਟਰੋਂਗ ਹੈ, ਇਹਦੇ ਨਾਲ ਆਪਾਂ ਕੀ ਕਰ ਸਕਦੇ ਹਾਂ। ਸੋ ਇੱਕ ਪ੍ਰੈਕਟੀਕਲ ਮੈਂ ਪਹਿਲਾਂ ਆਪਣੇ ਬੇਟੇ ਦੇ ਨਾਲ ਕਰੂੰਗਾ ਤਾਂ ਕਿ ਸਾਰਿਆਂ ਨੂੰ ਇੱਕ ਯਕੀਨ ਆਉਣਾ ਬੜਾ ਜ਼ਰੂਰੀ ਹੈ ਕਿ ਇਹ ਕਿੰਨੀ ਸੇਫ ਚੀਜ਼ ਹੈ। ਮੈਂ ਜਿਵੇਂ ਦੱਸਿਆ ਹੈ ਕਿ ਮੈਂ ਆਪਣੇ ਬੇਟੇ 'ਤੇ ਤਾਂ ਹੀ ਕਰ ਸਕਦਾ ਕਿ ਇਹ ਸੇਫ ਹੈ। ਥੋੜ੍ਹੇ ਪਿੱਛੇ ਨੋ, ਥੋੜ੍ਹੇ ਇੱਧਰ ਵਾਲਿਆਂ ਨੂੰ ਲੰਬਾ ਸਾਹ, ਰਿਲੈਕਸ, ਇੱਕ ਹੋਰ ਲੰਬਾ ਸਾਹ, ਰਿਲੈਕਸ, ਇੱਕ ਹੋਰ ਲੰਬਾ ਸਾਹ, ਰਿਲੈਕਸ ਲਈ। 10 9 8 7 6 5 4 3 2 1 ਡੀਪਰ ਐਂਡ ਡੀਪਰ, ਡੀਪਰ ਐਂਡ ਡੀਪਰ, ਡੀਪਰ ਐਂਡ ਡੀਪਰ। ਇੰਨੀ ਰਿਲੈਕਸ ਬੋਡੀ ਹੋ ਗਈ ਹੈ, ਬਿਲਕੁਲ ਨਸਾਂ ਜਿਹੜੀਆਂ ਹੈਗੀਆਂ ਇਹਦੀਆਂ ਸ਼ਾਂਤ ਹੈ, ਤੁਸੀਂ ਕਿਸੇ ਦੀ ਬਾਹ ਨੂੰ ਇੱਦਾਂ ਨਹੀਂ ਇੱਕਦਮ ਗਿਰਦੀ ਹੈਗੀ, ਬਿਲਕੁਲ ਰਿਲੈਕਸੇਸ਼ਨ ਦੇ ਵਿੱਚ ਹੈ। ਔਰ ਪਿੱਛੇ ਜੇ ਇਹਦੀ ਬਾਂਹ ਦੇ ਉੱਪਰ ਸੱਟ ਲੱਗ ਗਈ ਸੀਗੀ, ਆਪਾਂ ਨੇ ਇਹਨੂੰ ਇੱਕ ਵੀ ਪੇਨ ਕਿਲਰ ਨਹੀਂ ਦਿੱਤੀ, ਇਹਦੇ ਮਾਇੰਡ ਤੋਂ ਐਂਥੀਸੀਆ ਰਿਲੀਜ਼ ਕਰਵਾਇਆ। ਗਗਨ ਮੈਂ ਤੇਰੇ ਮਾਇੰਡ ਨੂੰ ਕਮਾਂਡ ਦੇ ਰਿਹਾ ਕਿ ਆਪਣੀ ਖੱਬੀ ਬਾਂਹ ਦੇ ਵਿੱਚ ਐਂਥੀਸੀਆ ਰਿਲੀਜ਼ ਕਰ। ਔਰ ਜਿਸ ਤਰ੍ਹਾਂ ਹੀ ਤੇਰੀ ਖੱਬੀ ਬਾਂਹ ਦੇ ਵਿੱਚ ਐਂਥੀਸੀਆ ਰਿਲੀਜ਼ ਹੋਊਗਾ, ਆਪਣੀ ਉਂਗਲ ਹਿਲਾ ਕੇ ਖੱਬੇ ਹੱਥ ਦੀ ਮੈਨੂੰ ਇੰਡੀਕੇਟ ਕਰੀ। ਵੈਰੀ ਗੁੱਡ, ਹੁਣ ਇਸਦੀ ਬਾਂਹ ਦੇ ਵਿੱਚ ਐਂਥੀਸੀਆ ਰਿਲੀਜ਼ ਹੋ ਚੁੱਕਾ ਹੈ। ਔਰ ਬਿਲਕੁਲ ਐਂਥੀਸੀਆ ਉਹ ਚੀਜ਼ ਹੁੰਦੀ ਹੈ ਕਿ ਸੁੰਨ ਹੋ ਜਾਂਦੀ ਹੈ, ਆਪਾਂ ਜਾੜ ਵੀ ਕੱਢਦੇ ਹਾਂ ਤਾਂ ਸੁੰਨ ਕਰਨੀ ਪੈਂਦੀ ਹੈ, ਸੁੰਨ ਹੋ ਜਾਂਦੀ ਹੈ। ਔਰ ਆਪਾਂ ਇੱਥੇ ਚੁੰਡੀਆਂ ਮਾਰ ਰਹੇ ਹਾਂ ਜਾਂ ਕੋਈ ਵੀ ਹੋਰ ਵੀ ਕੋਈ ਪੈੱਨ ਹੈਗਾ ਉਹਨੂੰ ਵੀ ਆਪਾਂ ਪ੍ਰੈਸ ਕਰੀਏ ਤਾਂ ਇਹਨੂੰ ਪਤਾ ਨਹੀਂ ਲੱਗਣਾ ਹੈਗਾ ਬਿਲਕੁਲ ਵੀ। ਤੁਸੀਂ ਇਹਦੇ ਫੇਸ ਇੰਪ੍ਰੈਸ਼ਨ ਦੇਖ ਸਕਦੇ ਹੋ, ਆਹ ਦੇਖੋ ਜੀ ਇੱਥੇ ਇੱਕ ਨਿਸ਼ਾਨ ਪੈ ਗਿਆ। ਇਸ ਟਾਈਮ ਵਾਕਈ ਇਹਦੀ ਬਾਂਹ ਦੇ ਵਿੱਚ ਐਂਥੀਸੀਆ ਰਿਲੀਜ਼ ਹੋਇਆ ਹੋਇਆ ਹੈ। ਔਰ ਇਹ ਕੋਈ ਆਪਾਂ ਮੈਂ ਜਿਵੇਂ ਦੱਸਿਆ ਕਿ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੈ, ਇਹ ਪਰਮਾਤਮਾ ਨੇ ਸਾਡੇ ਹਰ ਇੱਕ ਬੰਦੇ ਦੇ ਅੰਦਰ ਇਹ ਪਾਵਰਸ ਦਿੱਤੀਆਂ ਹੋਈਆਂ ਹੈ, ਸਾਡੇ ਸਬਕੌਂਸ਼ੀਅਸ ਦੇ ਮਾਇੰਡ ਦੇ ਵਿੱਚ ਹੈ, ਸਿਰਫ ਅਸੀਂ ਇਸ ਨੂੰ ਜਗਾਉਣਾ ਹੁੰਦਾ ਹੈ ਕਿ ਆਪਾਂ ਕਿਵੇਂ ਜਗਾ ਸਕਦੇ ਹਾਂ। ਗਗਨ ਤੂੰ ਆਪਣੀ ਗਰਦਨ ਉੱਪਰ ਚੱਕ ਸਕਦਾ ਹੈ ਔਰ ਆਪਣੀਆਂ ਅੱਖਾਂ ਖੋਲ੍ਹ ਸਕਦਾ ਹੈ। ਬਿਲਕੁਲ ਫ੍ਰੀ, ਰਿਲੈਕਸ ਜਾ।
ਸੋ ਪ੍ਰੈਕਟੀਕਲ ਹਰ ਇੱਕ ਚੀਜ਼ ਪੋਸੀਬਲ ਹੈ ਬਿਲਕੁਲ। ਮੈਂ ਜਿਵੇਂ ਦੱਸਿਆ ਕਿ 100% ਥੀਸੀਆ ਰਿਲੀਜ਼ ਹੋ ਜਾਂਦਾ ਹੈ ਹਰ ਇੱਕ, ਕੋਈ ਵੀ ਸਾਨੂੰ ਪ੍ਰੋਬਲਮ ਹੈ ਅਸੀਂ ਆਪਣੇ ਮਾਇੰਡ ਨੂੰ ਕਮਾਂਡ ਦਈਏ ਜਿਵੇਂ ਮੈਂ ਉਹਦੇ ਮਾਇੰਡ ਨੂੰ ਕਮਾਂਡ ਦਿੱਤੀ ਹੈ ਅਤੇ ਅਸੀਂ ਆਪਣੀ ਪ੍ਰੋਬਲਮ ਰਿਜ਼ੋਲਵ ਕਰ ਸਕਦੇ ਹਾਂ। ਔਰ ਸਾਡੇ ਕੋਲ ਕਾਫੀ ਐਸਾ ਐਕਸਪੀਰੀਅੰਸ ਹੋ ਚੁੱਕਾ ਹੈ ਕਿ ਜਿਹਦੇ 'ਚ BP ਸ਼ੂਗਰ ਹੋਰ ਕਾਫੀ ਐਸੀ ਪ੍ਰੋਬਲਮ, ਪਿੱਛੇ ਇੱਕ 6 ਮਹੀਨੇ ਤੋਂ ਡਾਕਟਰ ਕੋਈ ਮੰਜੇ 'ਤੇ ਪਏ ਸੀਗੇ, ਸਾਡੇ ਸਾਥੀ ਨੇ ਕੀਤਾ ਹੈ, ਉਹ 18-18 ਲੱਖ ਦੇ ਇੰਜੈਕਸ਼ਨ ਵੀ ਲਗਵਾ ਚੁੱਕੇ ਸੀਗੇ ਫਰੀਦਾਬਾਦ ਦੇ ਵਿੱਚ। ਅਨਿਲ ਜੀ ਸਾਡੇ ਸਾਥੀ ਹੈ, ਟੀਮ ਦੇ ਮੈਂਬਰ ਹੈ, ਉਹ 18 ਲੱਖ ਦੇ ਟੀਕੇ ਨਾਲ ਡਾਕਟਰ ਨਹੀਂ ਖੜੀ ਹੋਈ ਪਰ ਇਸ ਥੈਰੇਪੀ ਦੇ ਨਾਲ ਉਹ ਖੜੀ ਹੋ ਗਈ ਹੈ ਕਿਉਂਕਿ ਕਿਤੇ ਨਾ ਕਿਤੇ ਮਾਇੰਡ ਦੇ ਵਿੱਚ ਬਲੋਕੇਜ ਆ ਗਈ ਸੀਗੀ, ਦਵਾਈਆਂ ਦੀ ਜ਼ਰੂਰਤ ਨਹੀਂ ਸੀ। ਸਾਰੇ ਥੋੜ੍ਹੇ ਜਿਹੇ ਖੁੱਲ੍ਹੇ ਖੁੱਲ੍ਹੇ ਹੋ ਜਾਓ ਜੀ, ਇੱਕੋ ਹੀ ਐਕਸਰਸਾਈਜ਼ ਕਰਨੀ ਆਪਾਂ ਨੇ, ਉਸ ਤੋਂ ਬਾਅਦ ਫਿਰ ਸਮਾਪਤੀ ਹੈ। ਹੁਣ ਮੈਂ ਜਦੋਂ ਕਹੂੰਗਾ ਕਿ ਤੁਸੀਂ ਲੰਬਾ ਸਾਹ ਲੈਣਾ ਹੈ, ਥੋੜ੍ਹੇ ਜਿਹੇ ਅੱਗੇ ਨੂੰ ਆ ਜਾਓ, ਤੁਸੀਂ ਪਿੱਛੇ ਵਾਲੇ ਥੋੜ੍ਹੇ ਜਿਹੇ ਅੱਗੇ ਨੂੰ ਆ ਜਾਓ। ਹੁਣ ਸਾਰਿਆਂ ਨੇ ਪਹਿਲਾਂ ਵਾਂਗੂ ਇੱਕ ਲੰਬਾ ਸਾਹ ਲੈਣਾ, ਮੋਬਾਈਲ ਰੱਖ ਦਿਓ ਜੀ ਥੱਲੇ, ਜਾਂ ਕੁਰਸੀ 'ਤੇ ਬੈਠ ਸਕਦੇ ਹੋ ਜਾਂ ਮੋਬਾਈਲ ਰੱਖ ਕੇ ਐਕਸਰਸਾਈਜ਼ ਕਰ ਸਕਦੇ ਹੋ। ਇੱਕ ਲੰਬਾ ਸਾਹ ਲਓ ਜੀ ਸਾਰੇ ਜਿਹੜੇ ਖੜ੍ਹੇ ਹੈ, ਇੱਕ ਲੰਬਾ ਸਾਹ, ਸਾਹ ਛੱਡਦੇ ਹੋਏ ਅੱਖਾਂ ਬੰਦ, ਔਰ ਇੱਕ ਹੋਰ ਲੰਬਾ ਸਾਹ ਲਓ, ਸਾਹ ਛੱਡਦੇ ਹੋਏ ਅੱਖਾਂ ਬੰਦ, ਇੱਕ ਹੋਰ ਲੰਬਾ ਸਾਹ ਲਓ ਅੱਖਾਂ ਬੰਦ, ਔਰ ਅੱਖਾਂ ਬਿਲਕੁਲ ਬੰਦ ਰੱਖ ਦਿਓ, ਬਿਲਕੁਲ ਬੰਦ, ਔਰ ਫੀਲ ਕਰੋ ਕਿ ਤੁਸੀਂ ਬਹੁਤ ਜ਼ਿਆਦਾ ਰਿਲੈਕਸ ਹੋ ਰਹੇ ਹੋ। ਅੱਖਾਂ ਬੰਦ ਕਰੋ ਪਲੀਜ਼, ਕਿ ਬਹੁਤ ਜ਼ਿਆਦਾ ਰਿਲੈਕਸ ਹੋ ਰਹੇ ਹੋ, ਬਹੁਤ ਰਿਲੈਕਸ ਹੋ ਰਹੇ ਹੋ। ਫੀਲ ਕਰੋ ਆਪਣੇ ਮਨ ਦੇ ਅੰਦਰ ਕਿ ਤੁਸੀਂ ਬਹੁਤ ਜ਼ਿਆਦਾ ਸ਼ਾਂਤ ਹੋ ਰਹੇ ਹੋ, ਬਹੁਤ ਰਿਲੈਕਸ ਹੋ ਰਹੇ ਹੋ। ਔਰ ਮੈਂ 1 ਤੋਂ ਲੈ ਕੇ 5 ਤੱਕ ਕਾਊਂਟ ਕਰੂੰਗਾ, ਮੇਰੇ 5 ਤੱਕ ਕਾਊਂਟ ਕਰਦੇ ਕਰਦੇ ਤੁਸੀਂ ਆਟੋਮੈਟਿਕ ਫਲੋਰ ਵੱਲ ਨੂੰ ਜਾਓਗੇ, ਔਰ ਜਿਹੜੇ ਆਟੋਮੈਟਿਕ ਨਹੀਂ ਜਾਣਗੇ ਮੈਂ ਉਹਨਾਂ ਦੇ ਮੋਢੇ 'ਤੇ ਟੱਚ ਕਰੂੰਗਾ ਅਤੇ ਤੁਸੀਂ ਫਿਰ ਫਲੋਰ ਵੱਲ ਨੂੰ ਜਾਓਗੇ। 1, 2, 3, 4, 5, go to the floor, ਤੁਸੀਂ ਬਹੁਤ ਆਰਾਮ ਦੇ ਨਾਲ ਫਲੋਰ 'ਤੇ ਜਾ ਸਕਦੇ ਹੋ। Very good. ਔਰ ਜਿਹੜੇ ਨਹੀਂ ਜਾ ਰਹੇ ਮੈਂ ਮੋਢੇ 'ਤੇ ਹੱਥ ਲਗਾਵਾਂਗਾ, ਤੁਸੀਂ ਬੜੇ ਆਰਾਮ ਨਾਲ ਜਾ ਸਕਦੇ ਹੋ। ਤੁਹਾਡਾ ਮਾਇੰਡ ਬਿਲਕੁਲ ਸ਼ਾਂਤ ਹੁੰਦਾ ਜਾ ਰਿਹਾ ਹੈ, ਜਿਹੜੇ ਜਿਹੜੇ ਵੀ ਫਲੋਰ 'ਤੇ ਜਾ ਰਹੇ ਹੈ ਬਿਲਕੁਲ ਸ਼ਾਂਤ ਹੁੰਦੇ ਜਾ ਰਹੇ ਹੋ, ਮਾਇੰਡ ਬਿਲਕੁਲ ਰਿਲੈਕਸ ਹੁੰਦਾ ਜਾ ਰਿਹਾ ਹੈ, ਬਿਲਕੁਲ ਸ਼ਾਂਤ, ਬਹੁਤ ਜ਼ਿਆਦਾ ਰਿਲੈਕਸ ਤੁਸੀਂ ਹੋ ਚੁੱਕੇ ਹੋ, ਬਿਲਕੁਲ ਸ਼ਾਂਤ ਹੋ ਚੁੱਕੇ ਹੋ, ਬਹੁਤ ਜ਼ਿਆਦਾ ਰਿਲੈਕਸ ਹੋ ਚੁੱਕੇ ਹੋ। ਔਰ ਮੈਂ ਤੁਹਾਡੇ ਮਾਇੰਡ ਨੂੰ ਕਮਾਂਡ ਦੇ ਰਿਹਾ ਹੈ, ਜਿੰਨੇ ਵੀ ਤੁਸੀਂ ਥੱਲੇ ਪਏ ਹੋ ਤੁਹਾਡੇ ਸਾਰਿਆਂ ਦੇ ਮਾਇੰਡ ਨੂੰ ਕਮਾਂਡ ਦੇ ਰਿਹਾ ਹੈ ਕਿ ਜਿਵੇਂ
ਤੁਸੀਂ ਮੇਰੀ ਕਮਾਂਡ ਤੋਂ ਬਾਅਦ ਇਸ ਰਿਲੈਕਸੇਸ਼ਨ ਦੇ ਵਿੱਚੋਂ ਬਾਹਰ ਆਉਂਗੇ, ਤੁਸੀਂ ਬਿਲਕੁਲ ਰੀਫਰੈਸ਼ ਮਾਈਂਡ ਦੇ ਨਾਲ, ਮਾਈਂਡ ਬਿਲਕੁਲ ਸ਼ਾਂਤ ਹੋ ਕੇ ਇਸ ਰਿਲੈਕਸੇਸ਼ਨ ਦੇ ਵਿੱਚੋਂ ਬਾਹਰ ਆਉਂਗੇ, ਬਿਲਕੁਲ ਸ਼ਾਂਤ ਹੋ ਕੇ ਇਸ ਰਿਲੈਕਸੇਸ਼ਨ ਦੇ ਵਿੱਚੋਂ ਬਾਹਰ ਆਉਂਗੇ ਔਰ ਤੁਹਾਡਾ ਮਾਈਂਡ ਬਿਲਕੁਲ ਰਿਲੈਕਸ ਹੋ ਚੁੱਕਿਆ ਹੋਏਗਾ। ਤੁਹਾਡੇ ਮਾਈਂਡ ਦੇ ਵਿੱਚ ਐਸੀ ਥੋਟ ਜੋ ਤੁਹਾਨੂੰ ਤੰਗ ਕਰਦੀ ਹੈ ਉਹ ਬਿਲਕੁਲ ਬਾਹਰ ਨਿਕਲ ਚੁੱਕੀ ਹੋਏਗੀ, ਤੁਹਾਡਾ ਮਾਈਂਡ ਬਿਲਕੁਲ ਰੀਫਰੈਸ਼ ਹੋਏਗਾ, ਬਿਲਕੁਲ ਸ਼ਾਂਤ ਹੋਏਗਾ, ਬੋਡੀ ਬਹੁਤ ਜ਼ਿਆਦਾ ਰਿਲੈਕਸ ਹੋ ਕੇ ਇਸ ਰਿਲੈਕਸੇਸ਼ਨ ਦੇ ਵਿੱਚੋਂ ਬਾਹਰ ਆਵਾਂਗੇ। 1, 2, 3, ਗੈਟ ਬੈਕ, ਓਪਨ ਯੂਰ ਆਈਜ਼, ਗੈਟ ਬੈਕ, ਬਿਲਕੁਲ ਰੀਫਰੈਸ਼ ਹੋ ਕੇ ਤੁਸੀਂ ਇਸ ਰਿਲੈਕਸੇਸ਼ਨ ਦੇ ਵਿੱਚੋਂ ਬਾਹਰ ਆਉਂਗੇ। ਕਿਸੇ ਨੂੰ ਕੋਈ ਅੱਖਾਂ ਹਲੇ ਬੰਦ ਲੱਗਦੀਆਂ ਹੋਵੇ ਮੈਨੂੰ ਦੱਸ ਸਕਦੇ ਹੋ, ਨਹੀਂ ਤਾਂ ਅੱਖਾਂ ਲੋਕ ਕਰਕੇ ਘਰਾਂ ਜਾਣਾ ਪੈਣਾ, ਆਪਾਂ ਪਹੁੰਚ ਸਕਦੇ ਹਾਂ ਹਲੇ। ਸੋ ਜਿਹੜੀ ਫਿਰ ਵੀ ਇੱਥੇ ਦੇਖਣ ਦੇ ਵਿੱਚ ਦੇਖੋ ਲੱਗਦੀ ਹੈ ਕਰਾਮਾਤ, ਕਿ ਭਜਨ ਸਿੰਘ ਹੋ ਗਿਆ, ਕਰਾਮਾਤੀ ਸ਼ਕਤੀਆਂ ਆ ਗਈਆਂ ਕੋਲ, ਇਹ ਜੋ ਵੀ ਤੁਸੀਂ ਦੇਖਿਆ ਹੈ ਕੋਈ ਕਰਾਮਾਤ ਨਹੀਂ ਹੈ, ਕੋਈ ਸ਼ਕਤੀ ਨਹੀਂ ਹੈ, ਇਹ ਸਿਰਫ ਔਰ ਸਿਰਫ ਇੱਕ ਸਾਇੰਸ ਹੈ। ਅੱਜ ਕਈ ਧਰਮਾਂ ਦੇ ਠੇਕੇਦਾਰ, ਕਈ ਡੇਰਿਆਂ ਦੇ ਡੇਰੇਦਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਐਸੇ ਦਾਅਵੇ ਕਰਦੇ ਹੈ ਕਿ ਉਹਨਾਂ ਦੇ ਕੋਲ ਸ਼ਕਤੀਆਂ ਆ ਗਈਆਂ ਹੈ, ਪਰ ਇਹ ਪਰਮਾਤਮਾ ਦੀ ਸ਼ਕਤੀ ਹੈ, ਹਰ ਇੱਕ ਇਨਸਾਨ ਦੇ ਅੰਦਰ ਹੈ, ਸਿਰਫ ਟੈਕਨੀਕ ਦੇ ਨਾਲ, ਸਿਸਟਮ ਦੇ ਨਾਲ, ਸਾਇੰਸ ਦਾ ਇੱਕ ਪੈਟਰਨ ਹੁੰਦਾ ਹੈ। ਜਿਵੇਂ ਹੁਣ ਤੁਸੀਂ ਦੇਖਿਆ ਕਿ ਅੱਧੇ ਲੋਕਾਂ 'ਤੇ ਲਾਗੂ ਹੋਈ ਹੈ, ਅੱਧਿਆਂ 'ਤੇ ਨਹੀਂ ਹੋਈ ਹੈ। ਜੇ ਤਾਂ ਸ਼ਕਤੀ ਹੁੰਦੀ ਫਿਰ ਤਾਂ ਸਾਰਿਆਂ 'ਤੇ ਕਰ ਦੇਣੀ ਸੀ, ਪਰ ਸਾਇੰਸ ਹੈ ਇੱਕ ਸਿਸਟਮ 'ਤੇ ਚੱਲਦੀ ਹੈ, ਫਾਰਮੂਲੇ 'ਤੇ ਕੰਮ ਕਰਦੀ ਹੈ, ਜਿਹੜਾ ਉਸ ਫਾਰਮੂਲੇ 'ਤੇ ਪੂਰਾ ਉਤਰਦਾ ਹੈ ਉਹਦੇ 'ਤੇ ਅਸਰ ਕਰ ਦਿੰਦੀ ਹੈ, ਦੂਸਰੇ 'ਤੇ ਅਸਰ ਨਹੀਂ ਕਰਦੀ। ਇਸੇ ਤਰ੍ਹਾਂ ਹੀ ਪ੍ਰੋਬਲਮ ਦੀ ਆਪਾਂ ਗੱਲ ਕਰੀ ਸੀ ਕਿ ਪ੍ਰੋਬਲਮ ਵੀ ਰਿਜ਼ੋਲਵ ਹੋ ਜਾਂਦੀ ਹੈ ਕਿ ਜਿਹੜਾ ਉਸ ਫਾਰਮੂਲੇ 'ਤੇ ਕੰਮ ਕਰਦਾ ਹੈ, ਵਿਸ਼ਵਾਸ 'ਤੇ ਕੰਮ ਕਰਦਾ ਹੈ। ਕਿਉਂਕਿ ਕਿਸੇ ਵੀ ਕੰਮ ਨੂੰ ਕਰਨ ਦੇ ਲਈ ਆਪਣੇ ਮਨ ਦੇ ਅੰਦਰ ਇੱਛਾ ਅਤੇ ਵਿਸ਼ਵਾਸ ਬੜਾ ਜ਼ਰੂਰੀ ਹੁੰਦਾ ਹੈ, ਵਿਸ਼ਵਾਸ ਦੇ ਨਾਲ ਹੀ ਕੰਮ ਕਰਨਾ ਹੁੰਦਾ ਹੈ। ਹੁਣ ਜਿਨ੍ਹਾਂ ਨੇ ਮੇਰੀ ਗੱਲ 'ਤੇ ਵਿਸ਼ਵਾਸ ਕੀਤਾ ਉਹਨਾਂ ਦੀਆਂ ਅੱਖਾਂ ਵੀ ਲੌਕ ਹੋਈਆਂ, ਉਹ ਇੱਥੇ ਬੇਹੋਸ਼ ਲੱਗਦੇ ਸੀਗੇ ਪਰ ਉਹ ਬੇਹੋਸ਼ ਨਹੀਂ ਸੀ, ਕਿਉਂਕਿ ਜੇ ਬੇਹੋਸ਼ ਹੋ ਜੂੰਗੇ, ਅਨਕੌਂਸ਼ੀਅਸ ਹੋ ਜੂੰਗੇ, ਤਾਂ ਮੈਂ ਜੋ ਮੈਸੇਜ ਦੇਣਾ ਹੈ ਮੇਰੀ ਗੱਲ ਉਹ ਸੁਣੂਗੇ ਨਹੀਂ ਔਰ ਉੱਥੋਂ ਵਾਪਸ ਨਹੀਂ ਆ ਸਕਦੇ। ਤਾਂ ਉਹ ਸਾਰੇ ਕੌਨਸ਼ੀਅਸ ਸੀਗੇ, ਸਬਕੌਨਸ਼ੀਅਸ ਦੇ ਵਿੱਚ ਸੀਗੇ ਔਰ ਉਹਨਾਂ ਦਾ ਜਿਹੜਾ ਸਬਕੌਨਸ਼ੀਅਸ ਹੈ ਮੈਂ ਉੱਥੇ ਤੱਕ ਪਹੁੰਚ ਕੀਤੀ ਹੋਈ ਸੀ ਔਰ ਉਹ ਮੇਰੀ ਗੱਲਾਂ ਨੂੰ ਫੋਲੋ ਕਰ ਰਹੇ ਸੀਗੇ। ਸੋ ਸਾਰਿਆਂ ਦਾ ਹੀ ਇਸ ਮਾਈਂਡ ਪ੍ਰੋਗਰਾਮਿੰਗ ਸੈਮੀਨਾਰ ਦੇ ਵਿੱਚ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ। ਕਿਸੇ ਨੇ ਮਾਈਂਡ ਪ੍ਰੋਗਰਾਮਿੰਗ ਦੇ ਨਾਲ ਆਪਣੀ ਕੋਈ ਪ੍ਰੋਬਲਮ ਰਿਜ਼ੋਲਵ ਕਰਾਉਣੀ ਹੈ ਬੈਠ ਕੇ, ਆਪਾਂ ਉਹ ਵੀ ਕਰ ਸਕਦੇ ਹਾਂ। ਇੱਕ ਵੀਰ ਸਾਡਾ ਆਇਆ ਹੋਇਆ ਹੈ ਜਿਨ੍ਹਾਂ ਨੇ ਸ਼ਰਾਬ ਛੁਡਵਾਉਣੀ ਹੈ, ਆਪਾਂ ਉਹਨਾਂ ਦੀ ਸ਼ਰਾਬ ਵੀ ਛੁਡਵਾਵਾਂਗੇ ਇੱਕੋ ਦਿਨ ਦੇ ਵਿੱਚ, ਵਾਹਿਗੁਰੂ ਦੀ ਕਿਰਪਾ ਨਾਲ ਇਹ ਪੋਸੀਬਲ ਹੈਗਾ ਹੈ। ਔਰ ਮੈਂ ਰਿਕੁਐਸਟ ਕਰੂੰਗਾ ਕਿ ਕਿਸੇ ਦਾ ਵੀ ਨੇੜੇ ਤੇੜੇ ਦਾ ਕੋਈ ਬੰਦਾ, ਸੱਜਣ ਮਿੱਤਰ ਯਾਰ ਦੋਸਤ ਕੋਈ ਨਸ਼ਾ ਕਰਦਾ ਹੈ ਤਾਂ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ, ਅਤੇ ਆਪਾਂ 2-3 ਦਿਨ ਦੇ ਵਿੱਚ, ਕਈ ਵਾਰੀ 1 ਦਿਨ ਦੇ ਵਿੱਚ, ਬਿਨਾਂ ਕਿਸੇ ਦਵਾਈ ਤੋਂ, ਬਿਨਾਂ ਕਿਸੇ ਦਾਖਲੇ ਤੋਂ, ਸਿਰਫ ਮਾਈਂਡ ਪ੍ਰੋਗਰਾਮਿੰਗ ਦੇ ਨਾਲ ਉਹਨਾਂ ਨੂੰ ਨਸ਼ੇ ਤੋਂ ਛੁਟਕਾਰਾ ਦਵਾ ਸਕਦੇ ਹਾਂ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।